ਅਦਰ ਆ ਬੱਚੇ ਪੰਜਾਬੀ ਹੈ ਐਥਿਕਸ ਦੇਖ ਕੇ ਬੋਲਦੇ ਨੇ ਠੀਕ ਹੋ ਗਰੀ ਤੇ ਕੀ ਕਰਦੇ ਜੀ ਅਸੀਂ ਪੜ੍ਹਦੇ ਕਿਹੜੀ ਕਲਾਸ 9 ਵੀ ਕਿਹੜੇ ਸਬਜੈਕਟ ਲਾਇਆ ਕਿਹੜੇ ਸਬਜੈਕਟ ਕੀ ਪੜ੍ਹਿਆ ਭਾਈ ਅੱਛਾ ਇੱਧਰ ਜ਼ਰਾ ਸਾਹਮਣੇ ਵੇਖੋ ਸਾਹਮਣੇ ਸਾਹਮਣੇ ਸਰਦਾਰ ਜੀ ਸਾਹਮਣੇ ਵੇਖੋ ਅੱਛਾ ਤੇ ਕਿਵੇਂ ਦਾ ਲੱਗਦਾ ਤੁਹਾਨੂੰ ਪਾਕਿਸਤਾਨ 'ਚ ਰਹਿਣਾ ਬਹੁਤ ਵਧੀਆ ਅੱਛਾ ਇੰਡੀਆ 'ਚ ਵੀ ਹੈਗੇ ਆਪਣੇ ਰਿਸ਼ਤੇਦਾਰ ਕਿਹੜੀ ਜਾਤ ਕਿਹੜੇ ਸ਼ਹਿਰ 'ਚ ਦਿੱਲੀ 'ਚ ਤਿਲਕ ਨਗਰ ਸੁਖਦੇਵ ਅਸੀਂ ਵੀ ਤੁਸੀਂ ਕੱਲ੍ਹ ਅੱਜ ਕਰਤਾਰਪੁਰ ਕੱਲ੍ਹ ਉੱਧਰ ਆਉਣਾ ਕੱਲ੍ਹ ਉੱਧਰ ਮਿਲੋਗੇ ਫਿਰ ਨੰਬਰ ਆਪਣਾ ਦੋ ਮੈਨੂੰ ਕੱਲ੍ਹ ਕਰਾਂਗੇ ਫਿਰ ਉੱਧਰ ਮਿਲਾਂਗੇ ਇਕੱਠੇ ਤੁਹਾਡੀ ਪੂਰੀ ਫੈਮਿਲੀ ਨੂੰ ਮਿਲਾਂਗੇ ਠੀਕ ਹੈ ਠੀਕ ਹੈ ਅੱਲਾ ਹਾਫਿਜ਼ ਨੰਬਰ ਨਹੀਂ ਕਿੱਥੋਂ ਆਏ ਹੋ ਤੁਸੀਂ ਨੰਬਰ ਦੋ 17 ਮਿਲਣਾ ਹੈ ਫਿਰ ਉੱਥੇ ਪੂਰੀ ਫੈਮਿਲੀ ਮਿਲਾਉਣਾ ਦੋਸਤੀ ਹੋ ਗਈ ਫਿਰ ਪੱਕੀ ਮੈਂ ਟੀਚਰ ਆਇਆ ਸੀ ਕੀ ਨਾ ਕੀ ਤੁਹਾਡਾ ਪੁੱਤਰ ਸੁਖਦੇਵ ਸਿੰਘ ਇੰਡੀਆ ਤੋਂ ਹੋਏ ਹੋ ਤੁਸੀਂ ਇੱਥੋਂ ਦੇ 17 41 ਕੀ ਕਰਨਾ ਆਪਸ ਵਿੱਚ 40 94 500 ਬਸ ਤੋਂ ਬੋਲਣਾ ਤੇ ਪੂਰੀ ਫੈਮਿਲੀ ਕਿਤੋਂ ਆਏ ਵਿੱਚ ਇੱਧਰ ਦੀ ਅੱਛਾ ਤੇਰੇ ਬੋਲ ਕੀ ਨਾ ਹਰ ਚੀਜ਼ ਸੀ ਕੀ ਕਰਦੇ ਨੇ ਹਕੀਮ ਹਕੀਮ ਕਾ ਦੇ ਸੁਖਵੀਰ ਸਿੰਘ ਹਕੀਮ ਨੇ ਅੱਛਾ ਕੱਲ ਉਹਦੇ ਉਧਰ ਹੀ ਮਿਲਦਾ ਮੈਂ ਵੀ ਉਧਰ ਹੀ ਹਾਂ ਇੱਕ ਮੇਰੇ ਸਿੱਖ ਕੀ ਕਰ ਰਹੇ ਹੋ ਉਹਦਾ ਕੀ ਨਾ ਉਹਦਾ ਕੀ ਨਾ ਚੱਕਰ ਮਾਰਨ ਜਾ ਰਹੇ ਹੋ ਦਰਸ਼ਨ ਕਰਨ ਲੈਣ ਜਾ ਰਹੇ ਹੋ ਪਸ਼ਤੋ ਬੋਲਦੇ ਹੋ ਹਾਂਜੀ ਦੱਸੋ ਨਾਮ ਸਾਦਾ ਕੁਰਸ਼ੇਰੇ ਵੈਰੀ ਗੁੱਡ ਯਾਰ ਇਹ ਤਾਂ ਪਸ਼ਤੋ ਬੋਲਦੇ ਹਾਂ ਬੜੀ ਜ਼ਬਰਦਸਤ ਕਿਸਮ ਕੇ ਕਿਹੜੀ ਕਲਾਸ 'ਚ ਪੜ੍ਹਦਾ ਸਿਕਸ ਛੱਡੀ ਕਲਾਸ 'ਚ ਕਿਹੜੇ ਸਕੂਲ 'ਚ ਐਜੂਕੇਟਰ ਇੱਥੇ ਹੀ ਅੱਛਾ ਚਲੋ ਠੀਕ ਹੈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕੱਲ੍ਹ ਕਰਤਾਰਪੁਰ ਜਾਣਾ ਤੁਸੀਂ ਉੱਥੇ ਹੀ ਜਾ ਕੇ ਮਿਲਾਂਗੇ ਠੀਕ ਹੈ ਜੀ ਹਾਂ ਕਦੀ ਆ ਗਈ ਪਿੱਛੋਂ ਦੇਖੋ ਯਾਰ